ਤੇ ਬੰਦਾ ਕਦੀ ਐ ਕਰਕੇ ਬਹਿ ਜੂਗਾ, ਇਦਾਂ ਵੀ ਹੋ ਜਾਂਦਾ ਨਾ ਕਦੀ ਵੀ ਜੋ ਟਾਈਮ ਪਾ ਜਾ ਵਾਹਿਗੁਰੂ 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 ਹਨਾ, ਤੇ ਕਦੀ ਬੰਦਾ ਫਿਰ ਐ ਕਰ ਲੈਂਦਾ ਫਿਰ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਕਦੇ ਮੇਰੇ ਵਰਗੇ ਐ ਵੀ ਕਰ ਲੈਂਦੇ ਫਿਰ, ਤੇ ਕਈ ਵਾਰੀ ਨਾ ਸਰਦਾ ਵੇ ਤੇ ਲੱਤਾਂ ਮਾਰ ਆ ਦੇ ਪੀੜੇ ਥੱਲੇ ਵੀ ਲੈ ਜਾਂਦੇ, ਫਿਰ ਇਦਾਂ ਵੀ ਹੋ ਜਾਂਦੀ ਨਾ। ठाकर होए आप दयाल, भई कल्याण आनंद रूप होई है, उबरे बाल गोपाल रहाओ, दोए कर जोड़ करी बेनंती, पार ब्रह्म मन त्याया, हाथ दे रखे परमेश्वर सगला दुर्त मिटाया, वर नारी मिल मंगल गाया, ठाकर का जयकार कौ नानक जन कौ बल जाइए, जो सबना करे उदार, डंडौत बंधन अनकवार, सर्व कला समरथ डोलन तेरा खो प्रभु, नानक दे कर हाथ डोलन तेरा खो प्रभु, नानक दे कर हाथ। स्टॉप कर ला, दो मिनट लंघ ले। हाजरा हजूर सर्व कला भरपूर, चौर तख्त दे मालक, लोक अते परलोक विच साडी सहायता करन वाले, दीन दुनिया दे वाली, कलयुग दे अवतार, सर्व सांझी वालता दा उपदेश देन वाले, शब्द गुरु धन श्री गुरु ग्रंथ साहिब महाराज जी की पावन पवित्र मुबारक हजूरी अंदर जुड़ बैठी गुरु सवारी साध संगत जी, बडभागे हाँ जिन्हां नूं पातशाह ने कृपा करके अज फिर रोजाना की तरह अपनी गोद विच बिठाल के पातशाह जी साडे नाल लाड लड़ा रहे ने, साडे नाल पातशाह जी बबाणियां कहानियां पा रहे ने। आप जीओ ने बड़े प्यार ते सत्कार दे नाल सतगुरां दी बाणी पाठ
ਸੋ ਦਰ ਦੇ ਜਾਪ ਰਹਿ ਰਾਸ ਸਤਿਗੁਰਾਂ ਦੀ ਬਾਣੀ ਪਾੜ ਸਰਵਣ ਕੀਤੇ ਨੇ। ਜੋ ਸ਼ਬਦ ਆਪਾਂ ਹੁਣੇ ਹੁਣੇ ਪੜਿਆ ਹੈ ਇਹ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤੱਤੀਆਂ ਤਵੀਆਂ ਤੇ ਸਮਾਧੀ ਲਾਉਣ ਵਾਲੇ ਬਾਣੀ ਦੇ ਪੁੰਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਦੇਵੰਗਧਾਰੀ 532 ਅੰਗ ਤੇ ਸ਼ਬਦ ਸਬਾਇਮਾਨ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ। ਔਰ ਜਿੱਥੋਂ ਤੱਕ ਵੀ ਆਵਾਜ਼ ਜਾ ਰਹੀ ਹੈ ਭਾਈ, ਗੁਰੂ ਸਾਹਿਬ ਸਾਨੂੰ ਸੁਨੇਹਾ ਦੇ ਰਹੇ ਨੇ, ਆਵਾਜ਼ਾਂ ਮਾਰ ਰਹੇ ਨੇ, ਆਪਾਂ ਹੀਲਾ ਕਰੀਏ, ਯਤਨ ਕਰੀਏ ਕਿ ਗੁਰੂ ਦੇ ਬੁਲਾਉਣ 'ਤੇ ਆਪਾਂ ਗੁਰੂ ਕੋਲ ਆ ਜਾਈਏ ਅਤੇ ਗੁਰੂ ਨਾਲ ਸਾਂਝ ਪਾਈਏ, ਫਿਰ ਸਾਡਾ ਲੋਕ ਪਰਲੋਕ ਸਵਾਰਿਆ ਜਾਵੇਗਾ। ਆਰੰਭਤਾ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਿੱਖੋ, ਪਾਤਸ਼ਾਹ ਜੀ ਆਵਾਜ਼ਾਂ ਮਾਰਦੇ ਨੇ, ਆਵੋ ਮੇਰਿਓ ਧੀਓ, ਆਵੋ ਮੇਰਿਓ ਪੁੱਤਰੋ, ਆਵੋ ਮੇਰੀ ਗੋਦ ਵਿੱਚ ਬੈਠੋ ਤੇ ਆਪਾਂ ਸਾਰੇ ਜਣੇ ਗੱਲਾਂ ਬਾਤਾਂ ਕਰੀਏ ਕਿ ਇਹੋ ਜਿਹਾ ਗੁਰੂ, ਸਮਰੱਥ ਗੁਰੂ ਕਿੱਥੇ ਹੈ ਜਿਸ ਗੁਰੂ ਦੇ ਕੋਲ ਹਰ ਗੱਲ ਦਾ ਜਵਾਬ ਹੈ, ਔਰ ਸਰਬ ਕਲਾ ਸਮਰੱਥ, ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਇਸ ਗੁਰੂ ਦੇ ਕੋਲ, ਫਿਰ ਇਹ ਗੁਰੂ ਕਦੇ ਥੱਕਣ ਵਾਲਾ ਨਹੀਂ। ਸਤਿਗੁਰ ਜਾਗਤਾ ਹੈ ਔਰ ਨਾ ਇਹ ਗੁਰੂ ਸੌਵੇ, ਹਮੇਸ਼ਾ ਜਾਗਣ ਵਾਲਾ। ਫਿਰ ਇਸ ਗੁਰੂ ਦੇ ਕੋਲ ਆਣ ਕੇ ਆਪਾਂ ਕਿਉਂ ਨਾ ਆਪਣੇ ਗੁਰੂ ਦੇ ਨਾਲ, ਆਪਣੇ ਬਾਪੂ ਦੇ ਨਾਲ, ਆਪਣੇ ਪਿਓ ਦੇ ਨਾਲ ਆਣ ਕੇ ਸਾਂਝ ਪਾਈਏ। ਭਾਈ ਵੱਡੇ ਭਾਗ ਨੇ ਉਹਨਾਂ ਦੇ ਜੋ ਨਿੱਤ ਗੁਰੂ ਦੀ ਗੋਦ ਵਿੱਚ ਆਣ ਕੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਸਾਂਝ ਪਾਉਣਾ ਕਰਦੇ ਨੇ। ਕਿਆ ਖਾਧੇ ਕਿਆ ਪਹਿਨਦੇ ਹੋਏ, ਜਾ ਮਨ ਨਹੀਂ ਸਾਚਾ ਸੋਏ। ਤੇਰਾ ਖਾਧਾ ਵੀ ਭਾਈ ਤਾਂ ਹੀ ਪ੍ਰਵਾਨ ਹੋਣਾ ਏ, ਤੇਰਾ ਪਹਿਨਿਆ ਵੀ ਤਾਂ ਹੀ ਪ੍ਰਵਾਨ ਹੋਣਾ ਏ, ਜੇ ਸੱਚੇ ਪਾਤਸ਼ਾਹ ਨੂੰ ਆਪਣੇ ਹਿਰਦੇ ਵਿੱਚ ਵਸਾਵੇਂਗਾ ਤਾਂ। ਆਖੋ ਸਤਨਾਮ। ਪਾਤਸ਼ਾਹ ਕਹਿੰਦੇ ਖਾਣ ਨੂੰ ਤੇ ਭਾਈ ਪੰਛੀ ਵੀ ਖਾਂਦੇ ਨੇ, ਜਾਨਵਰ ਵੀ ਖਾਂਦੇ ਹੀ ਨੇ, ਸਾਰੇ ਖਾ ਕੇ ਸੌਂਦੇ ਨੇ, ਜਿਹੜੇ ਜਿਹੜੀ ਉਹਨਾਂ ਦੀ ਖੁਰਾਕ ਹੈ ਸਾਰੇ ਖਾਂਦੇ ਨੇ। ਤੇ ਜੇ ਤੂੰ ਵੀ ਇਕੱਲਾ ਖਾ ਕੇ ਹੀ ਟਾਈਮ ਪਾਸ ਕਰ ਲੈਣਾ ਤੇ ਫਿਰ ਤੇਰੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਰਹਿ ਗਿਆ। ਆਖੋ ਸਤਨਾਮ। ਤੂੰ ਖਾਧਾ ਤੇ ਖਾ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਹੈ। ਕਿਆ ਖਾਧੇ ਕਿਆ ਪੈਂਦੇ ਹੋਏ, ਜਾਂ ਮਨ ਨਾ ਹੀ ਸਾਚਾ ਸੋਏ। ਜੇ ਮਨ ਵਿੱਚ ਸੱਚਾ ਪਰਮੇਸ਼ਰ ਨਹੀਂ ਵਸਾਇਆ ਤੇ ਤੇਰਾ ਖਾਧਾ ਵੀ ਪ੍ਰਵਾਨ ਨਹੀਂ ਤੇ ਤੇਰਾ ਪਹਿਨਿਆ ਵੀ ਪ੍ਰਵਾਨ ਨਹੀਂ। ਕਿਆ ਮੇਵਾ ਕਿਆ ਮੇਵੇ ਚੰਗੇ ਸਵਾਦਿਤ ਭੋਜਨ, ਪਾਤਸ਼ਾਹ ਜੀ ਕਹਿੰਦੇ ਤੈਨੂੰ ਮਾਲਕ ਨੇ ਦਿੱਤੇ ਨੇ, ਤੈਨੂੰ ਪਰਮੇਸ਼ਰ ਨੇ ਦਿੱਤੇ ਨੇ, ਤੇ ਪ੍ਰਤੱਖ ਗੁਰੂ, ਸਮਰੱਥ ਗੁਰੂ ਤਾਂ ਪ੍ਰਤੱਖ ਗੁਰੂ।
ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾਹੀਂ। ਗੁਰੂ ਸਾਹਮਣੇ ਹੋਵੇ, ਗੁਰੂ ਲਾਗੇ ਹੋਵੇ, ਸਾਹਮਣੇ ਖੜਾ ਹੋਵੇ ਤੇ ਬੰਦਾ ਧਿਆਨ ਪਾਸੇ ਦੀ ਕਰਕੇ ਲੰਘ ਜਾਵੇ, ਕਿੱਥੇ ਢੋਈ ਮਿਲੇਗੀ? ਸੁਣਿਓ ਧਿਆਨ ਨਾਲ, ਮੈਂ ਦੁਬਾਰਾ ਬੇਨਤੀ ਕਰ ਦੇਵਾਂ। ਜਿਸ ਗੁਰੂ ਦੇ ਕੋਲੋਂ ਇਹ ਬੰਦਾ ਦਾਤਾ ਮੰਗਦਾ ਹੈ, ਜਿਸ ਗੁਰੂ ਨੂੰ ਇਹ ਕਹਿੰਦਾ ਹੈ ਵੀ ਗੁਰੂ ਸਾਹਿਬ ਜੀ ਮੇਰੇ ਤੇ ਕਿਰਪਾ ਕਰਦੇ ਹੋ, ਮੈਨੂੰ ਪੁੱਤਰ ਦੀ ਦਾਤ ਦੇ ਦਿਓ, ਮੈਨੂੰ ਧੀ ਦੀ ਦਾਤ ਦੇ ਦਿਓ, ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰਦੇ ਹੋ, ਮੇਰੇ ਪੁੱਤਰ ਨੂੰ ਨੌਕਰੀ ਮਿਲ ਜਾਵੇ, ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰਦੇ ਹੋ, ਮੇਰਾ ਪੁੱਤਰ ਵਿਦੇਸ਼ ਚਲਿਆ ਜਾਵੇ, ਮੇਰਾ ਪੁੱਤਰ ਕਾਮਯਾਬ ਹੋ ਜਾਵੇ, ਮੇਰੇ ਪੁੱਤਰ ਦਾ ਵਿਆਹ ਹੋ ਜਾਵੇ, ਮੇਰੇ ਪੁੱਤਰ ਦੇ ਗਾਂ ਪੁੱਤਰ ਹੋਵੇ, ਮੈਂ ਪੁੱਤਰਿਆਂ ਵਾਲਾ ਹੋਵਾਂ, ਪਾਤਸ਼ਾਹ ਜੀ ਕਿਰਪਾ ਕਰ ਦਿਓ, ਮੇਰੀ ਪੀੜ੍ਹੀ ਵਧੇ ਫੁੱਲੇ, ਪਾਤਸ਼ਾਹ ਜੀ ਕਿਰਪਾ ਕਰ ਦਿਓ, ਮੇਰਾ ਘਰ ਬਾਰ ਦੁਨੀਆਂ ਦੀਆਂ ਸੁੱਖ ਸਹੂਲਤਾਂ ਮੈਨੂੰ ਮਿਲ ਜਾਣ, ਪਾਤਸ਼ਾਹ ਜੀ ਕਿਰਪਾ ਕਰ ਦਿਓ, ਮੈਂ ਕਿਸੇ ਗੱਲ ਤੋਂ ਖੁੰਝਾ ਨਾ। ਜਿਹੜਾ ਉਹ ਪਾਤਸ਼ਾਹ ਕਿਰਪਾ ਕਰ ਦੇਵੇ, ਸਾਰਾ ਕੁਝ ਦੇ ਦੇਵੇ, ਸਾਰੀਆਂ ਦਾਤਾਂ ਦੇ ਦੇਵੇ ਤੇ ਸਾਹਮਣੇ ਪਾਤਸ਼ਾਹ ਖੜਾ ਹੋਵੇ ਤੇ ਬੰਦਾ ਲਾਗੋਂ ਦੀ ਮੂੰਹ ਪੱਟ ਕੇ ਪਾਸਿਓਂ ਦੀ ਲੰਘ ਜਾਵੇ, ਫਿਰ ਉਹ ਜਿਹਾ ਕਿਰਤ ਘਾਣ ਹੋਰ ਕਿੱਥੇ ਹੋ ਸਕਦਾ? ਕੋ ਸਤਨਾਮ, ਜਿਸ ਬੰਦੇ ਨੇ ਕਿਤੇ ਗੁਣ ਕੀਤਾ ਹੋਵੇ ਨਾ, ਬੰਦੇ ਨੇ ਵੀ ਗੁਣ ਕੀਤਾ ਹੋਵੇ, ਕਿਸੇ ਨੇ ਕਿਸੇ ਦਾ ਟਾਈਮ ਸਾਰਿਆ ਹੋਵੇ ਤੇ ਬੰਦਾ ਉਹਦੇ ਨਾਲ ਵੀ ਅੱਖ ਨਾ ਮਿਲਾਵੇ, ਤੇ ਕਈ ਵਾਰੀ ਉਹ ਵੀ ਕਹਿੰਦਾ ਵੀ ਇਹ ਚੰਗਾ ਬੰਦਾ ਯਾਰ, ਮੈਂ ਤਾਂ ਕਿਤੇ ਟਾਈਮ ਸਾਰਿਆ ਸੀ ਇਹਦਾ, ਇਹਦੇ ਮੈਂ ਕੰਮ ਆਇਆ ਸੀ, ਪਰ ਇਹ ਅੱਖ ਹੀ ਨਹੀਂ ਮਿਲਾਉਂਦਾ, ਹਨਾ। ਤੇ ਅਸੀਂ ਜਿਸ ਗੁਰੂ ਨੂੰ ਅਸੀਂ ਆਪਣਾ ਸਮਰੱਥ ਗੁਰੂ, ਆਪਣਾ ਇਸ਼ਟ ਮੰਨਦੇ ਹਾਂ, ਆਪਣਾ ਮਾਲਕ ਮੰਨਦੇ ਹਾਂ ਕਿ ਸਾਡੀ ਲੋਕ ਪ੍ਰਲੋਕ ਦੇ ਵਿੱਚ ਪਾਤਸ਼ਾਹ ਸਹਾਇਤਾ ਕਰਨ ਵਾਲੇ ਨੇ, ਕਿਤੇ ਦੁੱਖ ਆਣ ਕੇ ਚੰਬੜ ਜਾਵੇ ਤਾਂ ਵੀ ਗੁਰੂ ਅੱਗੇ ਆਣ ਕੇ ਅਰਦਾਸ ਕਰਦੇ ਹਾਂ, ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ, ਤੰਦਰੁਸਤੀ ਦਿਓ, ਹਨਾ। ਇਹਤੋਂ ਸਿਵਾਏ ਹੋਰ ਬੰਦਾ ਜਾਊ ਕਿੱਥੇ? ਆਪਣੇ ਗੁਰੂ ਤੋਂ ਛੁੱਟ ਕਿੱਥੇ ਜਾਊ? ਤੇ ਗੁਰੂ ਨੂੰ ਫਿਰ ਪਹਿਚਾਨੇ ਨਾ। ਤੇ ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ, ਫਿਰ ਕਹਿੰਦੇ ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾਹੀਂ। ਆਪੋ ਸਤਨਾਮ, ਪ੍ਰਤੱਖ ਗੁਰੂ ਸਾਹਮਣੇ ਦਿਸ ਰਿਹਾ ਤੇ ਗੁਰੂ ਤੋਂ ਵਿਛੜਿਆ ਫਿਰਦਾ, ਤੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਬੰਦੇ ਨੂੰ ਢੋਈ ਕਿੱਥੋਂ ਮਿਲੂਗੀ? ਕੋਈ ਜਾਏ ਮਿਲੇ ਤਿੰਨ ਨਿੰਦਕਾਂ, ਮੋਹ ਫਿੱਕੇ ਥੁੱਕ ਥੁੱਕ ਮੋਹ ਪਾਏ, ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੈ। ਜਿਹੜਾ ਗੁਰੂ ਤੋਂ ਵਿਛੜ ਜਾਵੇ, ਗੁਰੂ ਤੋਂ ਫਿਟਕਿਆ ਜਾਵੇ, ਫਟਕਾਰਿਆ ਜਾਵੇ, ਪਾਤਸ਼ਾਹ ਕਹਿੰਦੇ ਉਹਨੂੰ ਸਾਰੇ ਸੰਸਾਰ ਵਿੱਚ ਢੋਈ ਨਹੀਂ ਕਿਤੇ ਮਿਲਦੀ, ਪੂਰੇ ਸੰਸਾਰ ਵਿੱਚ ਕਿਤੇ ਢੋਈ ਨਹੀਂ ਮਿਲਦੀ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਹੀ। ਜਿਨ ਕੋ ਪਾਤਸ਼ਾਹ ਕਹਿੰਦੇ ਜਿਨ ਕੋ ਗੋਪਿਆ ਗੁਰ ਗੋਪਿਆ ਆਪਣਾ, ਜਿਨ ਕੋ ਗੁਰ ਗੋਪਿਆ ਆਪਣਾ, ਗੋਪਿਆ ਦਾ ਭਾਵ ਅਰਥ ਹੁੰਦਾ ਲੁਕਾ ਲੈਣਾ, ਗੁਰੂ ਦੀ ਗੱਲ ਨੂੰ ਲੁਕਾਉਣਾ। ਗੁਰੂ ਦੀਆਂ ਦਾਤਾਂ ਨੂੰ ਦੇਣ ਵਾਲਾ ਗੁਰੂ ਹੋਵੇ ਤੇ ਵਡੇਰੀਆਂ ਕਿਸੇ ਹੋਰ ਦੀਆਂ ਕਰਦੇ ਫਿਰੀਏ। ਜਿਨ ਗੁਰ ਗੋਪਿਆ ਆਪਣਾ, ਸੇ ਲੈਂਦੇ ਢਹਾ ਫਿਰਾਈ, ਤਿੰਨ ਕੀ ਭੁੱਖ ਕਦੇ ਨਾ ਉਤਰੇ, ਨਿਤ ਭੁੱਖਾ ਭੂਖ ਕੁਕਾਹੀ। ਕਹਿੰਦੇ ਜਿਹੜਾ ਇਹੋ ਜਿਹਾ ਬੰਦਾ ਹੋਵੇ ਨਾ, ਉਹਦੀ ਕਦੇ ਜ਼ਿੰਦਗੀ ਦੇ ਵਿੱਚੋਂ ਭੁੱਖ ਦੂਰ ਨਹੀਂ ਹੋ ਸਕਦੀ। ਆਖੋ ਸਤਨਾਮ, ਜਿਹੜਾ ਦਾਤਾਂ ਦੇਣ ਵਾਲੇ ਗੁਰੂ ਨੂੰ ਪਹਿਚਾਨੇ ਨਾ, ਆਪਣੇ ਗੁਰੂ ਦੀ, ਆਪਣੇ ਵਾਹਿਗੁਰੂ ਨੂੰ ਪਹਿਚਾਨੇ ਨਾ, ਭਾਵ ਵਡਿਆਈ ਨਾ ਕਰੇ, ਉਹਦੀ ਸਿਫਤ ਨਾ ਕਰੇ, ਸੰਗਤ ਵਿੱਚ ਨਾ ਜਾਵੇ, ਬਾਣੀ ਨਾ ਪੜ੍ਹੇ, ਨਿਤਨੇਮ ਨਾ ਕਰੇ, ਵਾਹਿਗੁਰੂ ਨਾ ਜਪੇ, ਪਾਤਸ਼ਾਹ ਕਹਿੰਦੇ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਣੀ, ਤੇ ਨਾ ਉਹਦੀ ਭੁੱਖ ਕਦੇ ਦੂਰ ਹੋਣੀ। ਭੁੱਖਿਆਂ ਭੁੱਖ ਨਾ ਉਤਰੀ, ਜਿਹੜਾ ਪਾਤਸ਼ਾਹ ਕਹਿੰਦੇ ਦੀ ਭੁੱਖਿਆਂ ਦੀ ਭੁੱਖ ਕਦੇ ਉਤਰੀ ਹੈ? ਕਦੇ ਬੰਦਾ ਭੁੱਖੋਂ ਭੁੱਖੋਂ ਹੀ ਕਰੀ ਜਾਵੇ,
ਉਹਦੀ ਕਦੇ ਭੁੱਖ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਨਾ ਪੁੱਤ ਹੈ ਨਾ ਨਹੀਂ ਰੱਖਣੀ ਕਹਿੰਦੇ ਹੁੰਦੇ ਸੀ ਨਾ ਇਹਨੇ ਨਹੀਂ ਕਹੀ ਜਾਣਾ ਮੇਰੇ ਕੋਲ ਤੇ ਹੈ ਹੀ ਕੱਖ ਨਹੀਂ ਮਾਰਿਆ ਗਿਆ ਲੁੱਟਿਆ ਗਿਆ ਕਹਿੰਦੇ ਜਿੱਥੇ ਹੈ ਨਾ ਹੋਵੇ ਉੱਥੇ ਹੁੰਦਾ ਹੀ ਕੱਖ ਨਹੀਂ ਇੱਦਾਂ ਹੀ ਕਹਿੰਦੇ ਹੁੰਦੇ ਸੀ ਨਾ ਵੀ ਜਿੱਥੇ ਹੈ ਨਾ ਹੋਵੇ ਨਾ ਮੇਰੇ ਕੋਲ ਹੈ ਨਹੀਂ ਕੱਖ ਵੀ ਮੈਂ ਤੇ ਮਾਰ ਪਾਤਸ਼ਾਹ ਕਹਿੰਦੇ ਉੱਥੇ ਫਿਰ ਕੱਖ ਨਹੀਂ ਹੁੰਦਾ ਬਹੁਤਾ ਕਹੀਏ ਬਹੁਤਾ ਹੋਏ ਹਨਾ ਪਾਤਸ਼ਾਹ ਦੀ ਬਾਣੀ ਵੀ ਤੇ ਗੱਲ ਸਤਿਗੁਰੂ ਵੀ ਇਹੀ ਗੱਲ ਕਹਿੰਦੇ ਨਾ ਵੀ ਬਹੁਤਾ ਕਵੇਂਗਾ ਤੇ ਬਹੁਤਾ ਇੱਦਾਂ ਹੀ ਹੈ ਨਾ ਜੀ ਦਿੰਦਾ ਦੇ ਲੈਂਦੇ ਥੱਕ ਪਾਏ ਜੇ ਤੈਨੂੰ ਇੱਕ ਹੱਥ ਮਿਲ ਰਿਹਾ ਏ ਤੇ ਦੂਜੇ ਹੱਥ ਨਾਲ ਦੀ ਨਾਲ ਦਾਨ ਵੀ ਕਰੀ ਜਾ ਨਾਲ ਦੀ ਨਾਲ ਦਸਵੰਧ ਕੱਢਣ ਦੀ ਗੱਲ ਪਾਤਸ਼ਾਹ ਨੇ ਤਾਂ ਹੀ ਕੀਤੀ ਸੀ ਨਾ ਵੀ ਦਸਵਾਂ ਹਿੱਸਾ ਜੇ ਮੰਨ ਲਾ ਤੈਨੂੰ 1000 ਰੁਪਇਆ ਕਮਾਈ ਹੋਈ ਹੈ ਉਹਦੇ ਵਿੱਚੋਂ ਦਸਵਾਂ ਹਿੱਸਾ 100 ਰੁਪਇਆ ਬਣਦਾ ਹੈ ਭਾਈ ਕੱਢ ਲਾ 1 ਲੱਖ ਰੁਪਇਆ ਬਚਿਆ ਕਮਾਈ ਹੋਈ 1 ਲੱਖ ਦੇ ਵਿੱਚੋਂ 10 ਹਜ਼ਾਰ ਰੁਪਇਆ ਤੇਰਾ ਦਸਵੰਧ ਬਣਦਾ ਹੈ ਆਪਾਂ ਇੰਨਾ ਕਿੱਥੇ ਕੱਢਦੇ ਹਾਂ ਦਿੰਦਿਆਂ ਨੂੰ ਰੱਬ ਦਿੰਦਾ ਦਿੰਦਿਆਂ ਨੂੰ ਰੱਬ ਦਿੰਦਾ ਆਓ ਸਮਾਂ ਆਪਣੇ ਕੋਲ ਬੜਾ ਸੀਮਿਤ ਹੈ ਆਪਾਂ ਸ਼ਬਦ ਦੀ ਵਿਚਾਰ ਵੀ ਪਾਤਸ਼ਾਹ ਬਾਣੀ ਅੰਦਰ ਅੱਜ ਦਾ ਪਾਵਨ ਸ਼ਬਦ ਧਿਆਨ ਦੇਣਾ ਜੇ ਮੇਰੇ ਪਾਤਸ਼ਾਹ ਜੀ ਕੀ ਸਮਝਾਉਂਦੇ ਨੇ ਠਾਕਰ ਹੋਏ ਆਪ ਦਿਆਲ ਠਾਕਰ ਮਿੰਜ ਪਰਮੇਸ਼ਰ ਠਾਕਰ ਮਿੰਜ ਰੱਬ ਵਾਹਿਗੁਰੂ ਠਾਕਰ ਹੋਏ ਆਪ ਦਿਆਲ ਭਈ ਕਲਿਆਣ ਜਿਹਦੇ ਤੇ ਠਾਕਰ ਦਿਆਲ ਹੋ ਜਾਵੇ ਦਇਆਵਾਨ ਹੋ ਜਾਵੇ ਦਇਆਵਾਨ ਹੋ ਜਾਵੇ ਠਾਕਰ ਦਿਆਲੂ ਹੋ ਜਾਵੇ ਕਿਰਪਾ ਕਰ ਦੇਵੇ ਰਹਿਮਤ ਕਰ ਦੇਵੇ ਠਾਕਰ ਹੋਏ ਆਪ ਦਿਆਲ ਜਿਹਦੇ ਤੇ ਦਇਆ ਕਰ ਦੇਵੇ ਭਈ ਕਲਿਆਣ ਉਹਦਾ ਕਲਿਆਣ ਹੋ ਜਾਂਦਾ ਪਾਤਸ਼ਾਹ ਕਹਿੰਦੇ ਸਮਝਦੇ ਆਪਾਂ ਨਾ ਕਲਿਆਣ ਕੀ ਹੁੰਦਾ ਮੁਕਤੀ ਜਿਹਦੇ ਤੇ ਮਾਲਕ ਕਿਰਪਾ ਕਰ ਦੇਵੇ ਪਾਤਸ਼ਾਹ ਕਹਿੰਦੇ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਹਦੀ ਜ਼ਿੰਦਗੀ ਵਿੱਚ ਆਨੰਦ ਆ ਜਾਂਦਾ ਭਾਈ ਆਖੋ ਸਤਨਾਮ ਆਪਾਂ ਇੱਕ ਦਿਨ ਬੇਨਤੀ ਕੀਤੀ ਸੀ ਨਾ ਦੁੱਖ ਹੈ ਤਾਂ ਸੁੱਖ ਹੈ ਸੁੱਖ ਹੈ ਤਾਂ ਦੁੱਖ ਹੈ ਖੁਸ਼ੀ ਹੈ ਤਾਂ ਗਮੀ ਹੈ ਪਰ ਜੇ ਜ਼ਿੰਦਗੀ 'ਚ ਆਨੰਦ ਆ ਜਾਵੇ ਤਾਂ ਫਿਰ ਆਨੰਦ ਹੀ ਹੈ ਉਹਦਾ ਦੂਜਾ ਕੋਈ ਪੁਆਇੰਟ ਨਹੀਂ ਹੈ ਜਿਹਦੇ ਤੇ ਗੁਰੂ ਕਿਰਪਾ ਕਰ ਦੇਵੇ ਗੁਰੂ ਦਿਆਵਾਨ ਹੋ ਜਾਵੇ ਗੁਰੂ ਦਿਆਲੂ ਹੋ ਜਾਵੇ ਪਾਤਸ਼ਾਹ ਕਹਿੰਦੇ ਉਹਦਾ ਕਲਿਆਣ ਉਹਦੀ ਜ਼ਿੰਦਗੀ 'ਚ ਆਨੰਦ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਭਰੇ ਉਭਰੇ ਦਾ ਭਾਵ ਕੀ ਹੁੰਦਾ ਬਚ ਜਾਣਾ ਤਾਂ ਨੂੰ ਆਉਣਾ ਉਭਰੇ ਉਭਰੇ ਬਾਲ ਗੋਪਾਲ ਅਸੀਂ ਉਹਦੇ ਬੱਚੇ ਹਾਂ ਗੋਪਾਲ ਜਿਹੜਾ ਸਾਨੂੰ ਪਾਲਣ ਵਾਲਾ ਗੋਮਿੰਜ ਧਰਤੀ ਹੁੰਦਾ ਹੈ ਤੇ ਪਾਲ ਦਾ ਭਾਵ ਧਰਤੀ ਨੂੰ ਪਾਲਣ ਵਾਲਾ ਗੋਪਾਲ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਿਹੜਾ ਸਾਨੂੰ ਪਾਲਣ ਵਾਲਾ ਅਸੀਂ ਉਹਦੇ ਬੱਚੇ ਹਾਂ ਜਦੋਂ ਉਹ ਦਇਆਵਾਨ ਹੋ ਜਾਂਦਾ ਹੈ ਨਾ ਪਾਤਸ਼ਾਹ ਫਿਰ ਉਹ ਆਪਣੇ ਬੱਚਿਆਂ ਨੂੰ ਬਚਾ ਲੈਂਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਨਗਾ ਦਿੰਦਾ ਹੈ ਦੋਏ ਕਰ ਜੋੜ ਕਰੀ ਬੇਨਤੀ ਦੋਵੇਂ ਹੱਥ ਜੋੜ ਕੇ ਉਸ ਮਾਲਕ ਦੇ ਚਰਨਾਂ 'ਚ ਬੇਨਤੀ ਕੀਤੀ ਦੋਏ ਕਰ ਜੋੜ ਕਰੀ ਬੇਨਤੀ ਪਾਰ ਬ੍ਰਹਮ ਮਨ ਧਿਆਇਆ ਦੋਵੇਂ ਹੱਥ ਜੋੜ ਕੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਇਆ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੱਥ ਦੇ ਰਾਖੇ ਪਰਮੇਸ਼ਰ ਜਦੋਂ ਦਇਆਵਾਨ ਹੋ ਜਾਵੇ ਮਾਲਕ
कृपा कर देवे वाहिगुरु परमेश्वर कृपा कर देवे ता हाथ दे हाथ दे के फिर वह रख लैंदा है हाथ दे रख है परमेश्वर। अगली पंक्ति अंदर पातशाह जी की फरमान करते ने कहते सगला दुरत मिटाया सारी पातशाह कहते जेडे अवगुण सी ना जेडे पाप सी निकम्मापन सी जेड़ा जदों गुरु दया कर देवे गुरु कृपा कर देवे गुरु रहमत कर देवे जेड़ा निकम्मापन सी सारा ही दूर हो गया। आखो सतनाम जिहड़ियां घाटां सी पूरियां हो गईयां कृपा कर दित्ती जदों गुरु ने रहमत कर दित्ती गुरु ने कृपा कर दित्ती जदों मालक दी साडे ते रहमत हो गई पातशाह ठाकुर होए आप दयाल जदों दयावान हो गए दयालु दयावान ते दयावान किहदे ते होईदा गुरमुख प्यारियो आ सारे सूझवान बैठे हो दयावान किते हुंदा बंदा अपने को मान लो चार पुत्र ने एक बापू दे चार पुत्र ने ते दयावान किहदे ते हुंदा जेड़ा पुत्र उहदे आखे लगदा होवे है ना चौंदे विच्चों एक आखे लगदा है जे बापू कहिंदा पुत पानी फड़ा ते पानी फड़ा दिंदा जे पुत्र रोटी ते रोटी पुत्र जा मज्जां नूं पानी डा दे उसे वेले उठ के पानी डा जे पुत्र पट्ठे लाया तां जे पानी लाया बाहर तां खेती वाले देख ला तां स्प्रे करिया तां जिहड़ा भी काम बापू ने कहा अखा नहीं मोड़िया लो बापू जी हो गया ते फिर वह बापू उहदे ते दयावान हुंदा ना जिद्दन उहने बापू कोलों मंग लिया बापू जी मैनूं 10,000 20,000 50,000 लख च बापू उसे वेले दयावान हो जांदा मेरे पुत्र ने काम भी तो किया ना मेरे पुत्र ने मेहनत भी तो की है ना फिर की होया समझ मतलब उदाहरण आप समझने वास्ते भी दयावान बंदा किहदे ते हुंदा जिहड़ा आखे लगदा होवे ते गुरु साडे ते दयावान किवें होणगे कदों होणगे जदों असीं गुरु दे कहे कार अंदर चलांगे गुरु दे आखे लगांगे। वेखो गुरु अंगद पातशाह महाराज ते गुरु नानक पातशाह महाराज भाई लहणा जी ते दयावान हो गए है ना नहीं तो उन्होंने दो पुत्र श्री चंद तां लक्ष्मी दास दो पुत्र ने और दोनों की प्रीख्या भी लेंदे ने पातशाह जी दोनों की प्रीख्या कहिंदे भाई पा गुरु नानक पातशाह महाराज ने एक कौल फड़ के सुट दिता चिक्कड़ दे विच ते कहिंदे भाई जाओ चिक्कड़ दे विचों कौल कढ के लियावो लक्ष्मी दास नूं कहा कहिंदा महाराज बापू जी पिता जी केड़े कौल दी किन्ने अपने घर दे विच होर कौले बहुत है कौल कौले पुराने समें दे विच सियाणियां मेरियां भैणां ज्यादे लोग कौले वरतदे हुंदे सी कौले है ना कौलियां दे ज्यादे पुराने समें दे विच कौल ही वरते जांदे सी खुल्ला भांडा खाण पीण नूं वी चाह पीणी तां दुध पीणा तां खुल्ला भांडा वरतिया जांदा सीगा बापू जी वाधू घर दे विच कौले ने होर कौला वरत लो तुसीं जरूरी यही वरतना चिक्कड़ च सुटिया जे कढ़णा सी फिर सुटिया क्यों पातशाह ने श्री चंद नूं कहा भी जा तूं कढ के लिया उहदा भी यही जवाब ते पातशाह ने भाई लहणा जी नूं कहा जा चिक्कड़ दे विचों कौल कढ के लिया ते भाई लहणा जी ने देखिया नहीं कपड़े नहीं देखे छाल मारी और कौल कढ लियांदा आखो सतनाम गल ते आखा मन्नण दी सी ना गल ते कहिया मन्नण दी है बरसात हो रही है मीह पै रिहा पातशाह जी श्री चंद नूं कहण लगे जा भाई आ कंध वार वार डिगदी है जाओ इहदे ते वार दे दो कच्चियां कंधां होया करदियां सी जाओ इहदे ते वार दिओ उह कहिंदे महाराज मीह हटूगा बरसात हटूगी ते दे देंगे चलदे मीह दे विच इहदे वार कितें टिकणे ने पता ते गुरु साहिब नूं सी वी मीह दे विच वार कितें टिकणे ने पर प्रीख्या लैणी चाहुंदे आ ना अपने वड्डे पुत्र नूं कहा उहदा वी इही जवाब महाराज मीह पै रिहा मौले धार बरसात हो रही है कितें वार टिकणे ने जदों मीह हटूगा फरक्का लगूगा ते वार दे देंगे। पातशाह ने भाई लहणा जी नूं कहा
ਪਤਾ ਤੇ ਭਾਈ ਲੈਣਾ ਜੀ ਲੰਮੀ ਦੀ ਵਾਰ ਡਿੱਗਣੇ ਤੇ ਹੈ ਨੀ, ਮੀਂਹ ਪੈ ਰਿਹਾ ਖੁਰ ਕੇ ਉਸੇ ਵੇਲੇ ਥੱਲੇ ਆਈ ਜਾਣੇ ਨੇ, ਪਰ ਨਹੀਂ ਪਾਤਸ਼ਾਹ ਦਾ ਹੁਕਮ ਮੰਨਿਆ, ਬਰਸਾਤ ਵਿੱਚ ਹੀ ਵਾਰ ਦੇਣੇ ਸ਼ੁਰੂ ਕਰਤੇ। ਆਖੋ ਸਤਨਾਮ। ਜਦੋਂ ਹੁਕਮ ਜਦੋਂ ਹੋ ਜੇ ਹੁਕਮ ਮੰਨਿਆ ਤੇ ਫਿਰ ਇੱਥੇ ਅਸੀਂ ਜਿੱਥੇ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪ੍ਰਤੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ ਵਰਤਦੇ ਹਾਂ, ਉੱਥੇ ਫਿਰ ਨਾਲ ਦੀ ਨਾਲ ਇਹ ਵੀ ਸ਼ਬਦ ਵਰਤਦੇ ਹਾਂ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਹਨਾ, ਪਾਤਸ਼ਾਹ ਬਣ ਗਏ ਨਾ, ਫਿਰ ਸਾਹਿਬ ਬਣ ਗਏ। ਜਦੋਂ ਅਸੀਂ ਗੁਰੂ ਦਾ ਹੁਕਮ ਮੰਨਾਂਗੇ ਨਾ ਗੁਰਮੁਖ ਪਿਆਰਿਓ, ਤਾਂ ਗੁਰੂ ਸਾਹਿਬ ਸਾਡੇ ਤੇ ਦਇਆਵਾਨ ਹੋਣੇ ਨੇ, ਤਾਂ ਦਇਆਵਾਨ ਗੁਰੂ ਸਾਹਿਬ ਜੀ ਹੁੰਦੇ ਨੇ ਜਦੋਂ ਅਸੀਂ ਗੁਰੂ ਦੇ ਹੁਕਮ ਗੁਰੂ ਦੇ ਕਹੇ ਅਨੁਸਾਰ ਚੱਲਣ ਦਾ ਯਤਨ ਕਰਾਂਗੇ। ਮੇਰੇ ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਫਰਮਾਨ ਕਰਦੇ ਨੇ, ਦੋਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ, ਦੋਏ ਕਰ ਜੋੜ ਕਰੀ ਬੇਨਤੀ, ਪਾਰ ਬ੍ਰਹਮ ਮਨ ਧਿਆਇਆ, ਪਾਰ ਬ੍ਰਹਮ ਮਨ ਮੰਮਾ ਤੇ ਨੰਨੇ ਨੂੰ ਸਿਹਾਰੀ, ਮਨ ਵਿੱਚ, ਉੱਤੋਂ ਉੱਤੋਂ ਨਹੀਂ। ਵੇਖੋ ਤੁਸੀਂ ਮੇਰੀਆਂ ਭੈਣਾਂ ਪੜ੍ਹੇ ਲਿਖੇ ਹੋ ਤੁਸੀਂ ਸਾਰੇ, ਹਨਾ, ਹੋ ਸਕਦਾ ਘਰ ਦੇ ਵਿੱਚ ਬਾਣੀ ਵੀ ਪੜ੍ਹਦੇ ਹੋਵੋ, ਭਾਵੇਂ ਥੋੜੀ, ਨਾ ਵੀ ਪੜ੍ਹਦੇ ਹੋਵੋਗੇ ਤੇ ਆਪਾਂ ਇੰਨੀ ਕੁ ਗੱਲ ਤੇ ਸਮਝ ਹੀ ਸਕਦੇ ਹਾਂ ਵੀ ਮਨ ਲਿਖਣਾ ਹੋਵੇ, ਆਪਾਂ ਮਨ ਲਿਖਣਾ ਹੋਵੇ ਤੇ ਕਿੱਦਾਂ ਲਿਖਾਂਗੇ ਜੀ, ਮੰਮਾ ਨੰਨਾ ਮਨ, ਹਨਾ। ਪਰ ਇੱਥੇ ਪਾਤਸ਼ਾਹ ਨੇ ਮੰਮਾ ਤੇ ਨੰਨੇ ਨੂੰ ਸਿਹਾਰੀ, ਇਹਦਾ ਭਾਵ ਅਰਥ ਕੀ, ਮਨ ਵਿੱਚ, ਮਤਲਬ ਬਾਹਰ ਬਾਹਰ ਨਹੀਂ। ਵੇਖੋ ਪਾਤਸ਼ਾਹ ਨੇ ਜਿੱਥੇ ਅਮਕੜ ਦਲੈਂਕੜੇ ਸਿਹਾਰੀ ਬਿਹਾਰੀ ਲਾਵਾਂ ਦਲਾਵਾਂ ਉਹਨਾਂ ਦੇ ਵੀ ਅਰਥ ਬਣਦੇ ਨੇ ਗੁਰਮੁਖ ਪਿਆਰਿਓ। ਬਾਣੀ ਨੂੰ ਇਸੇ ਕਰਕੇ ਗਮ ਬੋਧ ਤੇ ਪਾਤਸ਼ਾਹ ਦੀ ਬਾਣੀ ਨੂੰ ਸਮੁੰਦਰ ਦਾ ਦਰਜਾ ਦਿੱਤਾ, ਅਥਾਹ ਸਮੁੰਦਰ ਬੇਅੰਤ, ਅੰਤ ਨਹੀਂ ਪਾਇਆ ਜਾ ਸਕਦਾ, ਅੰਤ ਨਹੀਂ ਪਾਇਆ ਜਾ ਸਕਦਾ ਮਨ ਵਿੱਚ, ਬਾਹਰੋਂ ਬਾਹਰੋਂ ਨਹੀਂ। ਧਿਆਉਣਾ ਵੀ ਹੈ ਨਾ ਮਨ, ਪਾਤਸ਼ਾਹ ਨੂੰ ਯਾਦ ਵੀ ਕਰਨਾ, ਧਿਆਉਣਾ ਸਿਮਰਨ ਵੀ ਕਰਨਾ, ਤੇ ਬਾਹਰੋਂ ਬਾਹਰੋਂ ਦੇ ਨਾ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੇਖੋ ਇੱਕ ਮੈਂ ਹੋਰ ਬੇਨਤੀ ਕਰਾਂ, ਜੇ ਮਨ ਕਰਕੇ ਬੰਦਾ ਧਿਆਵੇ ਨਾ ਤੇ ਜੇ ਚੌਂਕੜਾ ਲੱਗ ਜੇ, ਮੇਰੀ ਭੈਣੋ ਮੇਰੇ ਮੁਤਾਬੋ ਵੀਰੋ, ਜੇ ਚੌਂਕੜਾ ਲੱਗ ਜਾਵੇ ਹਈ ਤੇ ਬੰਦਾ ਮਨ ਕਰਕੇ ਵਾਹਿਗੁਰੂ ਵਾਹਿਗੁਰੂ ਜਪਦਾ ਹੋਵੇ ਤੇ ਚੌਂਕੜਾ ਖੁੱਲਦਾ ਨਹੀਂ, ਆਖੋ ਸਤਨਾਮ। ਫਿਰ ਏਦਾਂ ਗੋਡੇ ਜੇ ਨਹੀਂ ਦਰਦ ਕਰਦੇ, ਫਿਰ ਏਦਾਂ ਨਹੀਂ ਨਾ ਹੁੰਦਾ ਕਿਤੇ ਕਰਕੇ। ਵੇਖਿਓ ਘਰ ਦੇ ਵਿੱਚ ਚੌਂਕੜਾ ਲਾ ਕੇ ਸੁਰਤ ਜੋੜ ਲਿਓ, ਫਿਰ ਨਹੀਂ ਏਦਾਂ ਹੋਊਗਾ, ਮਤਲਬ ਉਸਲ ਵਾਟੇ ਜੇ ਖਤਮ ਹੋ ਜਾਂਦੇ ਨੇ, ਹਨਾ। ਕਿਤੇ ਕਰਕੇ ਦੇਖੋ, ਕਿਤੇ ਇਹਦਾ ਆਨੰਦ ਹੀ ਵੱਖਰਾ, ਕੁਝ ਮਜ਼ਾ ਹੀ ਵੱਖਰਾ, ਸਵਾਦ ਹੀ ਵੱਖਰਾ। ਫਿਰ ਤੇ ਜੇ ਆਪਾਂ ਮਤਲਬ ਉੱਤੋਂ ਉੱਤੋਂ ਜੇ ਜਪਦੇ ਹੋਈਏ, ਫੋਰਮੈਲਿਟੀ ਜਿਹਨੂੰ ਆਪਾਂ ਕਹਿ ਦਿੱਤੋ ਉੱਤੋਂ, ਫਿਰ ਤੇ ਬੰਦਾ ਕਦੀ ਐਂ ਕਰਕੇ ਬਹਿ ਜੂਗਾ। ਇੱਦਾਂ ਵੀ ਹੋ ਜਾਂਦਾ ਨਾ ਕਦੀ ਵੀ ਜੋ ਟਾਈਮ ਪਾ ਜਾ ਵਾਹਿਗੁਰੂ 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 ਵਾਹਿਗੁਰੂ, ਹਨਾ। ਤੇ ਕਦੀ ਬੰਦਾ ਫਿਰ ਐਂ ਕਰ ਲੈਂਦਾ ਫਿਰ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਕਦੇ ਮੇਰੇ ਵਰਗੇ ਐਂ ਵੀ ਕਰ ਲੈਂਦੇ ਫਿਰ, ਤੇ ਕਈ ਵਾਰੀ ਨਾ ਸਰਦਾ ਵੇ ਤੇ ਲੱਤਾਂ ਮਾਰ ਆਏ ਦੇ ਪੀੜੇ ਥੱਲੇ ਵੀ ਲੈ ਜਾਂਦੇ ਫਿਰ। ਏਦਾਂ ਵੀ ਹੋ ਜਾਂਦੀ ਨਾ ਵੀ ਜਦੋਂ ਨਾ ਬਿਲਕੁਲ, ਮਤਲਬ ਇੱਥੋਂ ਜੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਨਾ ਗੁਰਮੁਖ ਪਿਆਰਿਓ, ਫਿਰ ਮਨ ਕਰਕੇ ਭਾਵੇਂ ਥੋੜਾ ਸਮਾਂ ਯਾਦ ਕਰ ਲਓ, ਪਰ ਕਰੋ ਮਨ ਕਰਕੇ, ਉੱਤੋਂ ਉੱਤੋਂ ਫੋਰਮੈਂਟੀਆਂ ਨਾ ਕਰੋ। ਕਿਤੇ ਨਹੀਂ ਲਿਖਿਆ ਪਾਤਸ਼ਾਹ ਨੇ ਬਾਣੀ ਅੰਦਰ ਵੀ ਤੁਸੀਂ ਇੱਦਾਂ ਜਪੋ, ਇੱਦਾਂ ਬਾਣੀ ਪੜ੍ਹੋ, ਦੱਸਿਆ ਹੋਇਆ ਨਾ। ਮੈਂ ਇਕੱਲੇ ਇਕੱਲੇ ਵੇਖੋ ਬੜੇ ਭਾਗਾਂ ਵਾਲੇ ਆਪਾਂ ਨੂੰ ਮਹਾਰਾਜ ਦੀ ਬਾਣੀ ਪੜ੍ਹਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਪਾਤਸ਼ਾਹ ਨੇ, ਵਾਹਿਗੁਰੂ ਨੇ ਕਿਰਪਾ ਕੀਤੀ, ਆਪਣੇ ਤੇ ਰਹਿਮਤ ਕੀਤੀ, ਇਹ ਵੀ ਮੈਂ ਕਹਿੰਦਾ ਦਇਆ ਹੀ ਆ ਸੱਚੇ ਪਾਤਸ਼ਾਹ ਦੀ, ਬੜੀ ਦਇਆ। ਤੇ ਤੁਸੀਂ ਸੁਣਨ ਵਾਲੇ ਬੈਠੇ ਹੋ, ਭਾਵੇਂ ਇੰਨੇ ਕੁ ਸਰੀਰ ਬੈਠੇ ਹੋ ਨਾ, ਤੇ ਜੇ ਤੁਹਾਡੇ ਵਿੱਚੋਂ ਇੰਨੇ ਵੀ ਨਾ ਬੈਠੇ ਹੋਣ ਤੇ ਮੈਂ ਕਿਹਨੂੰ ਸੁਣਾਉਣਾ ਪੱਖਿਆਂ ਨੂੰ, ਆਪਾਂ ਬੰਦ ਕਰ ਦੇਣਾ ਫਿਰ ਚੁੱਪ ਕਰਕੇ ਬਹਿ ਜਾਵਾਂਗੇ। ਫਿਰ ਨਿਤਨੇਮ ਕੀਤਾ, ਰਹਿ ਰਾਸ ਕੀਤੀ, ਤੇ ਚਲੋ ਵੀ ਘਰੋ ਘਰੀ ਪ੍ਰਸ਼ਾਦ ਦੇਗ ਛਕੀ ਕਰੋ। ਤੁਸੀਂ ਭਾਗਾਂ ਵਾਲੇ ਹੋ ਤੇ ਦਾਸ ਵੀ ਆਪਣੇ ਆਪ ਨੂੰ ਵੱਡ ਭਾਗਾ ਸਮਝਦਾ ਵੀ ਚਲੋ ਕੋਈ ਨੀ, ਇੰਨੀਆਂ ਕਿ ਭੈਣਾਂ ਮਤਾਵਾਂ ਜੁੜੀਆਂ, ਪਰ ਹੋਰ ਕੋਸ਼ਿਸ਼ ਕਰੋ, ਮਿਸ ਨਾ ਕਰੋ। ਸਵਾਸਾਂ ਦਾ ਕੀਮਤਾ ਹਮ ਆਦਮੀ ਹਾਂ ਇੱਕਦਮੀ, ਮੋਲਤ ਮੌਤ ਨਾ ਜਾਣਾ, ਦਮ ਦਾ ਪਤਾ ਨਹੀਂ ਵੀ ਰਾਤ ਪਈ ਆ ਕਿ ਸਵੇਰ ਚੜ੍ਹਨਾ,
कि नहीं है ना, पता थोड़ी, भरोसा थोड़ी कोई, दिन चढ़िया पता नहीं शामा पैनिया के नहीं पैनिया। ते जेड़ा आपा समा गुरबाणी पढ़ ली सिमरन कर लिया वह तो लेखे विच पै गया ना, फिर उत्ते धर्मराज की कचहरी दे विच इह ते कहा ही जाना ना भई इह बंदे ने भई शामे भी यह संगत कीती सी, इह इहने पिछला समा ते भावें जो मर्जी सी पर जदों इहनूं लैके आए आ ना जमदूत लैके गए ये बंदा संगत करके सुता सी, आखो सतनाम ये गुरु की संगत विचों उठ के आया सी, रे रे करे ना को उत्ते तेनू ओए ओए कह के नहीं बुलाया जाना, पर भाव तेनू एवें नहीं तेरी बेइज्जती नहीं की जानी दरगाह दे विच, तो सत्कारिया जावेगा दरगाह दे विच, तेनू माण सत्कार मिलेगा दरगाह दे विच भी माण सत्कार मिलेगा। पातशाह जी किड्डे प्यारे शब्दों विच सानू समझाउंदे ने, फिर कहिंदे दोनों हाथ जोड़ के मन अंदरों पार ब्रह्म नूं ध्याउणा कर, अंदरों हाथ दे राखे परमेशर, फिर वह मालक हाथ दे के रख लैंदा सगला दुरत मिटाया, अंदर जिन्हें भी भैड़े कर्म जिन्हें भी पाप पातशाह कहिंदे सारे मालक कृपा करके मिटा देवेगा, पोचा मार देवेगा सारिया ते, अंदर साफ हो जाएगा अंदर पवित्र हो जाएगा अंदर तेरे मैल रहनी नहीं। आखो सतनाम पर गाउणा किवें, अगली पंक्ति खीरली पंक्ति भी सुन लिओ, वर नारी मिल मंगल गाया, वर नारी मिल मंगल गाया, वर नारी, नारी किनू कहा जी, ज्ञान इंद्रिया नू, वर परमेश्वर पति उहदे नाल मिलके ते जिहड़े साडे ज्ञान इंद्रे आ, ज्ञान इंद्रे किहड़े ने भी, अखां जबान कन्न, जिहड़े तेरे ज्ञान इंद्रे जदों अपने पति दे नाल मिलके इन्हां ज्ञान इंद्रियां ने, ज्ञान इंद्रियां ने पति नाल मिलके परमेश्वर नाल मिलके उस वाहिगुरु दे गुणां नूं गाया, अखां भी गाउंदियां नहीं, ध्यान देना जी, अखां भी गाउंदियां ने, अखां भी परमेश्वर दा नाम जपदियां ने, अखां भी वाहिगुरु दा नाम जपदियां ने। हुण अखां किवें नाम जपदियां, ध्यान देना, समा अपने कोल बड़ा सीमित हुंदा, अखां किवें नाम जपदियां ने, देखो अखां हुण आपां इत्थे गुरु की गोद विच बैठे, मन लो है ना गुरु की गोद विच बैठे, ते अखां ही दस दियां ना भी तेरे सामने भाई गुरु ग्रंथ साहिब महाराज है, अखां अंदर मन नूं मैसेज दे रहीआं, अखां दे रहीआं मैसेज, सामने वेख वेख के अंदर मैसेज दे रहीआं भी सामने तेरे गुरु ग्रंथ साहिब महाराज है, भाई साहब जी कथा कर रहे ने, ये अखां अंदर मैसेज दे रही, पर अखां भी जप रही ना, तो जे यो अखां खाड़ा देख दिया होन, यो अखां नाच देख दिया होन, यो अखां अद नंगियां जनानियां बीवियां इस्त्रियां देख दिया होन, यो अखां विकार देख दिया होन, ते इन्हां अखां ने फिर उस तरह का मैसेज फिर मन नूं दे देना। तो जे अगले पासे गुरबाणी गाई जा रही है, सिमरन हो रहा, ढाडी लगे हुए ने, जां कीर्तन हो रहा, तो यही अखां, फिर अखां भी जप रही ना, तो कन्न भी जप रहे ने, इन्हां कन्नां दे राही गंदे गाने भी सुने जा सकते ने, इन्हां कन्नां दे राही गुरबाणी भी सुनी जा सकती है, कन्न भी परमेश्वर का नाम जप रहे ने। आखो सतनाम, ये ज्ञान इंद्रियां उस मालक दे नाल मिलके, उस वाहिगुरु दे नाल मिलके परमेश्वर दे गुणा नूं गा रहियां ने। वर नारी मिल मंगल गाया, ठाकर का जयकार कहो नानक, जन को बल जइए जो सबना करे उधार।
खीरली पंगती अंदर पातशाह कहिंदे कहो नानक जन कौ बल, बल दा भाव बलहारे जाना। मैं गुरु दे प्यारे तो गुरु दे भगत तो जिहड़ा गुरु की बाणी पढ़ता होवे जिहड़ा गुरु की बाणी सुनाउंदा होवे सुणदा होवे मैं उहदे तो बलहारे जावां जो सभना करे उदार जिहड़ा सारिआं नूं पार किनारे लाउण की समर्था रखदा होवे। भी आओ भाई आपां बाणी पढ़ के इस नाम रूपी जहाज दे विच सवार हो के आपां पार लंघ जाइए। वाहिगुरु नाम जहाज है चढ़े सो उतरे आखो सतनाम। आपां नाम रूपी जहाज ते चढ़ जाइए होका दईए भई आजो जहाज चलन लगा जे भाई आजो सारे जने नाम रूपी जहाज ते चढ़िए और पार लंघ जाइए। होका देण वाला ते चाहिदा ही है ना। बस अड्डिया दे विच बसां लगियां होंदियां ना तो उत्थे दिंदे ना होका भी आ लुधियाने नूं चली बस आ जलंधर नूं चली आ चंडीगढ़ नूं चली आजो भी आजो चढ़ जाओ दवा दो चली बस ते आपां दवा दो मार के मिंटों मिंट चढ़ जाने है ना। असीं जलंधर जाना लुधियाने जाना चंडीगढ़ जाना चढ़ जाने ना। इसे तरह नानक आ गुरु नानक पातशाह महाराज ने नाम रूपी जिहड़ा सानूं जहाज दिता इहदे ते ग्रंथी सिंह प्रचारक होका दे रहे ने भी आजो भाई आपां इस जहाज ते चढ़ जाइए ते पार किनारे लग जावांगे। आखो सतनाम। ते जिन्हां ने होका सुन लिया तुहाडे वर्गी गुरमुख प्यारे भैणां मातावां वीर चढ़ गए पार लग जावांगे। ते जिन्हां ने होका सुन के आवाज सुन के भी मूंह परां नूं कर लिया उह ते फिर खड़ी रह जाणगे। आखो सतनाम। बेड़ा बंद न सके ओ बंधन की बेला पर सरवर जब उछले तब तरन दुहेला है ना। जदों हड़ आ गया फिर उन्होंने कहना भाई हुण नाम जप लिए फिर ते समा लंघ जांदा ना। आपां इक दिन अगे भी बेनती की समा ही जदों लंघ गया वेला ही लंघ गया फिर हाथ थोड़ी आउणा वेला समय की गल है। जो समा लंघ गया फिर हाथ किवें आऊ समा। वेला ना खुंझाइए गुरमुख प्यारिओ वेले नूं संभालण का यतन करिए तां जो वेला किते लंघ ना जावे। ये पातशाह ने सानू समा दिता होया भई प्राप्त मनुख दे होरिया गोबिंद मिलन की एह तेरी बरिया। वारी दिती है ये वारी किते खुंझ ना जावे वारी किते लंघ ना जावे। आओ भागा वाले हाँ थोड़ा समा पातशाह का सिमरन करिए ਤਾਂ ਜੋ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ ਸਾਡੇ ਤੇ ਰਹਿਮਤ ਕਰਨ ਸਾਡੇ ਤੇ ਦਇਆ ਕਰਨ ਆਪਣੇ ਚਰਨਾਂ ਦਾ ਸਾਨੂੰ ਸਤਿਗੁਰੂ ਜੀ ਪਿਆਰ ਬਖਸ਼ਿਸ਼ ਕਰ ਦੇਣ ਤਾਂ ਜੋ ਸਾਡਾ ਲੋਕ ਤੇ ਪਰਲੋਕ ਜਿਹੜਾ ਹੈ ਉਹ ਸਵਾਰਿਆ ਜਾਵੇ ਜੀ। ਠਾਕਰ ਹੋਏ ਆਪ ਦਿਆਲ ਠਾਕਰ ਹੋਏ ਆਪ ਦਿਆਲ ठाकर होए आप दयाल ठाकर होए आप दयाल। वाह पी वाह वाहे गुरु 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 वाहे गुरु। गज के भी वाहेगुरु 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 भई कल्याण आनंद रूप होई भई कल्याण आनंद रूप होई है। वाह पी वाह भई कल्याण आनंद रूप होई है भई कल्याण आनंद रूप होई है वाहेगुरु 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 वाहेगुरु।
वाहेगुरु 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 भई कल्याण आनंद रूप होई है, भई कल्याण आनंद रूप होई है, उबरे बाल गोपाल ठाकर होए आप दयाल, ठाकर होए आप दयाल, वाहेगुरु 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 ठाकर होए आप दयाल, ठाकर होए आप दयाल, दोए कर जोड़ करी बेनंती, दोए कर जोड़ करी बेनंती, गज के दोए कर जोड़ करी बेनंती, दोए कर जोड़ करी बेनंती, वाहेगुरु 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 दोए कर जोड़ करी बेनंती, दोए कर जोड़ करी बेनंती, उबरे बाल गोपाल ठाकर होए आप दयाल, ठाकर होए आप दयाल, ठाकर होए आप दयाल, ठाकर होए आप दयाल, वर नारी मिल मंगल गाया, वर नारी मिल मंगल गाया, गज के वर नारी मिल मंगल गाया, वर नारी मिल मंगल गाया, सारे जपो जी, ठाकर का जयकार, ठाकर होए आप दयाल।